GeoGebra with Symmetrical Transformation ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਸਿਮੈਟ੍ਰੀਕਲ ਟ੍ਰਾਂਸਫਾਰਮੇਸ਼ਨ ਸਿੱਖਾਂਗੇ, ਜਿਵੇਂ ਕਿ ਲਾਈਨ ਸਿਮੈਟਰੀ, ਰੋਟੇਸ਼ਨ ਸਿਮੈਟਰੀ ਅਤੇ ਸਕੇਲ ਔਰ ਪੋਜੀਸ਼ਨ ਦੇ ਨਾਲ ਫਿਗਰ ਦਾ ਵਿਸਤਾਰ ਕਰਨਾ ਵੀ ਸਿੱਖਾਂਗੇ। ਅਸੀਂ ਮੰਨਦੇ ਹਾਂ ਕਿ ਤੁਹਾਨੂੰ GeoGebra ਦੀ ਬੇਸਿਕ ਨੌਲੇਜ ਹੈ। ਜੇਕਰ ਨਹੀਂ ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰੀਅਲ ਲਈ ਸਾਡੀ ਵੈਬਸਾਈਟ ਤੇ ਜਾਓ। ਇਸ ਨੂੰ ਰਿਕਾਰਡ ਕਰਨ ਲਈ ਮੈਂ Linux ਆਪਰੇਟਿੰਗ ਸਿਸਟਮ Ubuntu ਵਰਜ਼ਨ 11.10, GeoGebra ਵਰਜ਼ਨ 3.2.47 ਦਾ ਇਸਤੇਮਾਲ ਕਰ ਰਹੀ ਹਾਂ। ਇਹਨਾਂ GeoGebra ਟੂਲਸ ਦਾ ਯੂਜ਼ ਕਰਾਂਗੇ। ਰਿਫਲੈਕਟ ਆਬਜੈਕਟ ਅਬਾਊਟ ਲਾਈਨ, ਰੋਟੇਟ ਆਬਜੈਕਟ ਅਰਾਊਂਡ ਪੁਆਇੰਟ ਬਾਈ ਐਂਗਲ, ਡਾਇਲੇਟ ਆਬਜੈਕਟ ਫਰਾਮ ਅ ਪੁਆਇੰਟ ਬਾਈ ਫੈਕਟਰ, ਸੈਮੀ ਸਰਕਲ ਥਰੂ ਟੂ ਪੁਆਇੰਟਸ, ਰੈਗੂਲਰ ਪੋਲੀਗਨ ਐਂਡ ਪਰਪੈਂਡੀਕੁਲਰ ਬਾਈਸੈਕਟਰ। ਡੈਫੀਨੇਸ਼ਨ ਆਫ ਟ੍ਰਾਂਸਫਾਰਮੇਸ਼ਨ, ਜਿਓਮੈਟ੍ਰਿਕ ਫਿਗਰ ਦਾ ਸਿਮੈਟ੍ਰੀਕਲ ਟ੍ਰਾਂਸਫਾਰਮੇਸ਼ਨ ਹੈ। ਇੱਕ ਕੋਆਰਡੀਨੇਟ ਪਲੇਨ ਤੇ ਇਸ ਦੀ ਸਥਿਤੀ, ਆਕਾਰ ਜਾਂ ਰੂਪ ਵਿੱਚ ਬਦਲਾਓ। ਓਰਿਜਿਨਲ ਫਿਗਰ ਨੂੰ ਆਬਜੈਕਟ ਕਹਿੰਦੇ ਹਨ। ਟ੍ਰਾਂਸਫਾਰਮਡ ਫਿਗਰ ਨੂੰ ਇਮੇਜ ਕਹਿੰਦੇ ਹਨ। ਰਿਫਲੈਕਸ਼ਨ ਸਿਮੈਟ੍ਰੀ ਨੂੰ ਲਾਈਨ ਸਿਮੈਟ੍ਰੀ ਵੀ ਕਹਿੰਦੇ ਹਨ। ਸਿਮੈਟ੍ਰੀ ਦਾ ਉਹ ਟਾਈਪ ਜਿੱਥੇ ਇੱਕ ਹਾਫ ਦੂਜੇ ਹਾਫ ਦਾ ਪ੍ਰਤੀਬਿੰਬ ਹੁੰਦਾ ਹੈ। ਤੁਸੀਂ ਇਮੇਜ ਨੂੰ ਫੋਲਡ ਕਰਕੇ ਦੋਹਾਂ ਅੱਧੇ ਹਿੱਸਿਆਂ ਦਾ ਸਹੀ ਮੈਚ ਕਰ ਸਕਦੇ ਹੋ। ਸਿਮੈਟ੍ਰੀ ਲਾਈਨ ਉਹ ਲਾਈਨ ਹੈ ਜਿਸ ਉੱਤੇ ਫਿਗਰ ਰਿਫਲੈਕਟ ਹੁੰਦਾ ਹੈ। ਆਓ GeoGebra ਵਿੰਡੋ ਤੇ ਜਾਂਦੇ ਹਾਂ। ਡੈਸ਼ ਹੋਮ, ਮੀਡੀਆ, ਐਪਸ, ਅੰਡਰ ਟਾਈਪ, ਚੂਜ਼ ਐਜੂਕੇਸ਼ਨ ਅਤੇ GeoGebra ਵੇਖੋ। ਇਸ ਟਿਊਟੋਰੀਅਲ ਲਈ ਮੈਂ ਐਲਜੈਬਰਿਕ ਵਿਊ ਨੂੰ ਬੰਦ ਕਰ ਰਹੀ ਹਾਂ। ਐਲਜੈਬਰਿਕ ਵਿਊ ਤੇ ਕਲੋਜ਼ ਬਟਨ ਤੇ ਕਲਿੱਕ ਕਰੋ। ਆਓ ਲਾਈਨ ਆਫ ਸਿਮੈਟਰੀ ਨਾਲ ਸ਼ੁਰੂ ਕਰਦੇ ਹਾਂ। ਆਓ ਪਹਿਲੇ ਇੱਕ ਇਕੁਇਲੇਟਰਲ ਟ੍ਰਾਇੰਗਲ ਬਣਾਈਏ। ਟੂਲ ਬਾਰ ਤੋਂ ਰੈਗੂਲਰ ਪੋਲੀਗਨ ਟੂਲ ਸਿਲੈਕਟ ਕਰੋ। ਡਰਾਇੰਗ ਪੈਡ ਤੇ ਪੁਆਇੰਟਸ A ਔਰ B ਤੇ ਕਲਿੱਕ ਕਰੋ ਅਤੇ ਨੰਬਰ ਆਫ ਸਾਈਡਸ ਲਈ 3 ਐਂਟਰ ਕਰੋ। ਇੱਕ ਇਕੁਇਲੇਟਰਲ ਟ੍ਰਾਇੰਗਲ ਬਣ ਗਿਆ ਹੈ। ਆਓ ਹੁਣ ਟ੍ਰਾਇੰਗਲ ਦੀ ਇੱਕ ਸਾਈਡ ਤੇ ਪਰਪੈਂਡੀਕੁਲਰ ਬਾਈਸੈਕਟਰ ਡਰਾ ਕਰੀਏ। ਪਰਪੈਂਡੀਕੁਲਰ ਬਾਈਸੈਕਟਰ ਚੁਣੋ ਅਤੇ ਸਾਈਡ AC ਤੇ ਕਲਿੱਕ ਕਰੋ। ਪੁਆਇੰਟ ਟੂਲ ਸਿਲੈਕਟ ਕਰੋ ਅਤੇ ਟ੍ਰਾਇੰਗਲ ਦੇ ਅੰਦਰ ਇੱਕ ਪੁਆਇੰਟ ਬਣਾਓ। ਕਿਸੇ ਇੱਕ ਵਰਟੈਕਸ ਵੱਲ ਪੁਆਇੰਟ D ਦੀ ਜਗ੍ਹਾ ਬਦਲੋ। ਪੁਆਇੰਟ D ਤੇ ਰਾਈਟ ਕਲਿੱਕ ਕਰੋ ਅਤੇ ਟ੍ਰੇਸ ਔਨ ਚੁਣੋ। ਟੂਲ ਬਾਰ ਤੋਂ ਰਿਫਲੈਕਟ ਆਬਜੈਕਟ ਅਬਾਊਟ ਲਾਈਨ ਟੂਲ ਚੁਣੋ। ਪੁਆਇੰਟ D ਤੇ ਕਲਿੱਕ ਕਰੋ। ਇਹ ਪੁਆਇੰਟ D ਨੂੰ ਹਾਈਲਾਈਟ ਕਰੇਗਾ। ਪਰਪੈਂਡੀਕੁਲਰ ਬਾਈਸੈਕਟਰ ਤੇ ਕਲਿੱਕ ਕਰੋ। ਇਹ ਪਰਪੈਂਡੀਕੁਲਰ ਬਾਈਸੈਕਟਰ ਦੇ ਦੂਜੇ ਪਾਸੇ ਰਿਫਲੈਕਟਡ ਇਮੇਜ D ਡੈਸ਼ ਨੂੰ ਦਰਸਾਏਗਾ। D ਡੈਸ਼ ਬਿੰਦੂ D ਦੀ ਮਿਰਰ ਇਮੇਜ ਹੈ। ਪੁਆਇੰਟ D ਡੈਸ਼ ਲਈ ਟ੍ਰੇਸ ਔਨ ਸੈੱਟ ਕਰੋ। ਮੂਵ ਟੂਲ ਦਾ ਯੂਜ਼ ਕਰਕੇ ਟ੍ਰਾਇੰਗਲ ਦੇ ਨਾਲ ਪੁਆਇੰਟ D ਦੀ ਜਗ੍ਹਾ ਬਦਲੋ। ਟੂਲ ਬਾਰ ਵਿੱਚੋਂ ਮੂਵ ਟੂਲ ਦੇ ਨੀਚੇ ਪਹਿਲੇ ਆਪਸ਼ਨ ਤੇ ਕਲਿੱਕ ਕਰੋ। ਮਾਊਸ ਨਾਲ ਫਿਗਰ ਤੇ ਕਲਿੱਕ ਕਰੋ। ਮਾਊਸ ਨੂੰ ਡਰੈਗ ਕਰਦਿਆਂ ਟ੍ਰਾਇੰਗਲ ਨੂੰ ਟ੍ਰੇਸ ਕਰੋ। ਹੁਣ ਮਾਊਸ ਬਟਨ ਛੱਡ ਦਿਓ। ਤੁਸੀਂ ਕੀ ਵੇਖਦੇ ਹੋ? ਇੱਥੇ ਪਰਪੈਂਡੀਕੁਲਰ ਬਾਈਸੈਕਟਰ ਲਾਈਨ ਆਫ ਸਿਮੈਟਰੀ ਹੈ। D ਆਬਜੈਕਟ ਹੈ ਔਰ D ਡੈਸ਼ ਇਮੇਜ ਹੈ। ਆਓ ਲਾਈਨ ਕੋਲ ਇੱਕ ਸੈਮੀ ਸਰਕਲ ਰਿਫਲੈਕਟ ਕਰੀਏ। ਇੱਕ ਸੈਮੀ ਸਰਕਲ ਬਣਾਈਏ। ਸੈਮੀ ਸਰਕਲ ਥਰੂ ਟੂ ਪੁਆਇੰਟਸ ਟੂਲ ਤੇ ਕਲਿੱਕ ਕਰੋ। ਪੁਆਇੰਟ E ਅਤੇ ਫਿਰ ਪੁਆਇੰਟ F ਮਾਰਕ ਕਰੋ। ਸੈਗਮੈਂਟ ਬਿਟਵੀਨ ਟੂ ਪੁਆਇੰਟਸ ਤੇ ਕਲਿੱਕ ਕਰੋ। ਪੁਆਇੰਟ G ਅਤੇ H ਮਾਰਕ ਕਰੋ। ਇੱਕ ਲਾਈਨ ਖਿੱਚ ਗਈ ਹੈ। ਹੁਣ ਲਾਈਨ ਦੀ ਪ੍ਰਾਪਰਟੀ ਬਦਲੋ। ਲਾਈਨ ਆਬਜੈਕਟ ਪ੍ਰਾਪਰਟੀਜ਼ ਤੇ ਰਾਈਟ ਕਲਿੱਕ ਕਰੋ ਅਤੇ ਸਟਾਈਲ ਬਦਲਣ ਲਈ ਸਟਾਈਲ ਤੇ ਕਲਿੱਕ ਕਰੋ। ਟੂਲ ਬਾਰ ਤੋਂ ਰਿਫਲੈਕਟ ਆਬਜੈਕਟ ਅਬਾਊਟ ਲਾਈਨ ਟੂਲ ਚੁਣੋ। ਸੈਮੀ ਸਰਕਲ EF ਤੇ ਕਲਿੱਕ ਕਰੋ। ਲਾਈਨ GH ਤੇ ਕਲਿੱਕ ਕਰੋ। ਇਹ ਲਾਈਨ GH ਦੇ ਦੂਜੇ ਪਾਸੇ ਰਿਫਲੈਕਟਡ ਇਮੇਜ E-F' ਦਰਸਾਏਗਾ। ਫਿਗਰ ਹੁਣ ਕਿਵੇਂ ਦਿਸਦਾ ਹੈ? ਇਹ ਇੱਕ ਸਰਕਲ ਲੱਗਦਾ ਹੈ। ਆਓ ਇਸ ਫਾਈਲ ਨੂੰ ਸੇਵ ਕਰੀਏ। ਫਾਈਲ ਸੇਵ ਐਸ ਤੇ ਕਲਿੱਕ ਕਰੋ। ਮੈਂ ਫਾਈਲ ਦਾ ਨਾਮ ਲਾਈਨ ਸਿਮੈਟਰੀ ਟਾਈਪ ਕਰਾਂਗੀ ਅਤੇ ਸੇਵ ਤੇ ਕਲਿੱਕ ਕਰਾਂਗੀ।
आओ अगे rotate the object around a point by angle दे बारे विच सीखते हाँ। Rotation दी परिभाषा। Rotation एक transformation है जो figure नू एक angle तो fix center दे आसपास घुमाउंदा है। जो figure पहला वर्गा ही दिसता है, ता figure rotation symmetry है। तुसी फिगर नू किसी भी डिग्री मेजर विच घुमा सकदे हो ट्रांसफॉर्मेशन कड़ी दी दिशा विच जा कड़ी दी उलट दिशा विच भी हो सकदा है एक नवी जियोजेब्रा विंडो खोलिए फाइल अते न्यू ते क्लिक करो आओ एक स्क्वायर बनाइए टूल बार विचो रेगुलर पॉलीगन टूल ते क्लिक करो ड्राइंग पैड ते क्लिक करो पॉइंट ए अते बी नू मार्क करो एक डायलॉग बॉक्स खुलता है ओके ते क्लिक करो स्क्वायर एबीसीडी बन गया है रोटेट ऑब्जेक्ट अराउंड ए पॉइंट बाय एंगल टूल ते क्लिक करो स्क्वायर एबीसीडी ते क्लिक करो ए स्क्वायर नू हाईलाइट करेगा किसे एक वर्टिक्स ते क्लिक करो मैं ए ते क्लिक करांगी डायलॉग बॉक्स ओपन होता है एंगल फील्ड विच 60 टाइप करो पहली ड्रॉप डाउन लिस्ट विचो डिग्री चुनो क्लॉकवाइज ऑप्शन चुनो ओके ते क्लिक करो ए 60 डिग्री दे एंगल नू चुने गए पॉइंट तो स्क्वायर नू क्लॉकवाइज घुमाएगा रोटेटेड इमेज a'b'c'd' बन गई है आओ मूव टूल दा इस्तेमाल करके इस फिगर नू अलग करिए अगे आओ dilate और enlarge object from point by factor करिए dilation विस्तारण जा वधना एक रूपांतर है जिस विच scale factor दा इस्तेमाल करके figure दा विस्तार किता जांदा है आओ polygon tool दा इस्तेमाल करके triangle बनाइए EFG अते ट्रायंगल नू पूरा करन ली फिर तो E ते क्लिक करो न्यू पॉइंट टूल ते क्लिक करो अते पॉइंट H नू मार्क करो डायलेट ऑब्जेक्ट फ्रॉम पॉइंट बाय फैक्टर टूल ते क्लिक करो ट्रायंगल EFG ते क्लिक करो ट्रायंगल हाईलाइट होएगा पॉइंट H ते क्लिक करो एक डायलॉग बॉक्स खुलता है नंबर फील्ड विच वैल्यू 2 टाइप करो ओके ते क्लिक करो ए ऑब्जेक्ट नू एनलार्ज या डायलेट दो बारी करेगा सेगमेंट बिटवीन 2 पॉइंट्स ते क्लिक करो एच ई ई डैश पॉइंट्स नू जोड़ो H, G, G dash point नू जोड़ो। H F F dash points नू जोड़ो। इत्थे तुसी वेख सकदे हो कि H ही dilation दा point है। Factor दी value टाइप करके तुसी figure दा enlargement जिन्ना चाहो कर सकदे हो। आओ file नू सेव करिए। फाइल अते सेव एस ते क्लिक करो मैं फाइल दा नाम डायलेट ट्रायंगल टाइप करांगी सेव ते क्लिक करो इस दे नाल असी इस ट्यूटोरियल दे अंत ते पहुंच गए हां संक्षेप विच इस ट्यूटोरियल विच असी सिखिया है लाइन दे रिफ्लेक्शन बारे च एक फिगर दा एक पॉइंट ते रोटेशन
ਸਕੇਲ ਫੈਕਟਰ ਦੁਆਰਾ ਫਿਗਰ ਦਾ ਵਿਸਤਾਰ ਕਰਨਾ ਅਸਾਈਨਮੈਂਟ ਵਿੱਚ ਤੁਸੀਂ ਇੱਕ ਪੈਂਟਾਗਨ ਬਣਾਓ ਇਹ ਬਣਾਉਣ ਲਈ ਰੈਗੂਲਰ ਪੋਲੀਗਨ ਟੂਲ ਦਾ ਇਸਤੇਮਾਲ ਕਰੋ ਹਿੰਟ ਸਾਈਡਸ = 5 ਪੈਂਟਾਗਨ ਦੀ ਇੱਕ ਸਾਈਡ ਤੇ ਪਰਪੈਂਡੀਕੂਲਰ ਬਾਇਸੈਕਟਰ ਡਰਾ ਕਰੋ ਪੈਂਟਾਗਨ ਦੇ ਅੰਦਰ ਇੱਕ ਪੁਆਇੰਟ ਬਣਾਓ ਪੁਆਇੰਟ ਲਈ ਟ੍ਰੇਸ ਔਨ ਸੈੱਟ ਕਰੋ ਪਰਪੈਂਡੀਕੂਲਰ ਬਾਇਸੈਕਟਰ ਦੇ ਨਜ਼ਦੀਕ ਪੁਆਇੰਟ ਦਾ ਰਿਫਲੈਕਸ਼ਨ ਪਤਾ ਕਰੋ ਇਮੇਜ ਪੁਆਇੰਟ ਲਈ ਟ੍ਰੇਸ ਔਨ ਸੈੱਟ ਕਰੋ ਪੈਂਟਾਗਨ ਨੂੰ ਟ੍ਰੇਸ ਕਰੋ ਇਹ ਵੇਖਣ ਲਈ ਕਿ ਤੁਸੀਂ ਸਹੀ ਲਾਈਨ ਸਿਮੈਟਰੀ ਦੀ ਚੋਣ ਕੀਤੀ ਹੈ ਪੁਆਇੰਟ ਤੇ 135 ਡਿਗਰੀ ਤੇ ਓਰੀਜਨਲ ਪੈਂਟਾਗਨ ਨੂੰ ਕਾਉਂਟਰ ਕਲਾਕਵਾਈਜ਼ ਘੁਮਾਓ 3 ਦੇ ਫੈਕਟਰ ਨਾਲ ਪੁਆਇੰਟ ਤੋਂ ਪੈਂਟਾਗਨ ਦਾ ਵਿਸਤਾਰ ਕਰੋ ਅਸਾਈਨਮੈਂਟ ਇਸ ਤਰ੍ਹਾਂ ਦਿਸਣਾ ਚਾਹੀਦਾ ਹੈ ਇਸ URL ਤੇ ਉਪਲਬਧ ਵੀਡੀਓ ਵੇਖੋ ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਨੂੰ ਸੰਖੇਪ ਕਰਦਾ ਹੈ ਚੰਗੀ ਬੈਂਡਵਿਡਥ ਨਾ ਹੋਵੇ ਤਾਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲ ਦੀ ਵਰਤੋਂ ਕਰਕੇ ਵਰਕਸ਼ਾਪ ਲਗਾਉਂਦੀ ਹੈ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਹੋਰ ਜਾਣਕਾਰੀ ਲਈ spoken-tutorial.org ਤੇ ਲਿਖ ਕੇ ਸੰਪਰਕ ਕਰੋ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਇੱਕ ਹਿੱਸਾ ਹੈ ਇਸ ਦਾ ਸਮਰਥਨ ICT MHRD ਭਾਰਤ ਸਰਕਾਰ ਦਾ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਕਰਦੀ ਹੈ ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ ਇਸ ਸਕ੍ਰਿਪਟ ਦਾ ਅਨੁਵਾਦ ਮਹਿੰਦਰ ਵਿਸਮ ਨੇ ਕੀਤਾ ਟਿਊਟੋਰੀਅਲ ਵਿੱਚ ਸ਼ਾਮਲ ਹੋਣ ਲਈ ਧੰਨਵਾਦ